लोकसभा चोणां नूं लै के हर पासे वखरे ही रंग वेखण नूं मिल रहे ने। जिथे सारे उम्मीदवार जनता नूं फिर तो वड्डे वड्डे वादे करके लुभाउण दी कोशिश कर रहे ने, उत्थे जनता वी सारे लारियां दा बखूबी मजा लै रही है। देश विच ही नहीं विदेशां विच वी भारत विच हो रहीयां लोकसभा चोणां नूं लै के उत्साह वेखण नूं मिल रहा है। हुण इहनां सिंघ साहब नूं वेख लो, जो अपने ही अंदाज़ च वोटां बारे कुछ अपने विचार इस तरह गा के पेश कर रहे ने। लो जी, वोटां दा सीजन चलदा है, सो एक छोटी जी नजम पेश करन जा रहे हैं वोटां दे रंग, जरा सुन के। ओए वोटां नेड़े आ गईयां, हर दल गरमाया, भाई पिंड साडे भी लीडरां कल फेरा पाया। सिर हरियां गुलाबी पग्गां ते दाड़े सी कट्टे, सी लैक्चर एदां देंदे जिउं मारे हुण रट्टे। ओए घर घर नौकरी बंडी उहनां सब करजा लाता, भाई कच्चे मकानां उत्ते भी कल लैंटर पाता। ओए 72,000 सलाना देण दा सुन के लारा, सी खुशी च कमला हो गया साडा पिंड सारा। ओए खिड़े मत्थे सरपंच ने जयकारा लाए, सो निहाल खड़े ने चटगले ओहदे सरूपा पाता। ओए भाषण दे विच लीडरां ना कसर कोई छड्डी, बई हर गप मारी ओहना ने वड्डी तों वड्डी। ओए डंडा डेरा चक के ओहना चाले पाते, बई बुझे चीरां तों हसां दे साडे दीप जगाते। ओए बुझे चीरां तों हसां दे साडे दीप जगाते। हाँ इन्ने चिर विच दूजे दल दियां आ गईयां कारां, ओए पलां दे बिना ओ पलां दे विच ओहना महकदियां आ लालियां तारां। ओए कहंदे दोस्तो सारिआं तों दल साडा चंगा, ਐ ਸੂਬੇ ਦੇ ਵਿਕਾਸ ਦਾ ਸਾਡਾ ਏਜੰਡਾ। ਉਹ ਸਿਰ ਨੀਲੀਆਂ ਪੱਗਾਂ ਉਹਨਾਂ ਦੇ ਸੀ ਰੜ ਹੱਟੇ ਖੱਟੇ, ਬਈ ਨੈਲੇ ਤੇ ਦਹਿਲਾ ਨਹੀਂ ਉਹਨਾਂ ਨੇ ਮਾਰੇ ਜੱਕੇ। ਓਏ ਪੰਥ ਦੀ ਸੇਵਾ ਕਰਨ ਦਾ ਉਹਨਾਂ ਕੀਤਾ ਵਾਅਦਾ, ਬਈ ਪਹਿਲਿਆਂ ਨਾਲੋਂ ਗਰਮੀ ਸੀ ਇਹਨਾਂ ਵਿੱਚ ਜ਼ਿਆਦਾ। ਓਏ ਆਟਾ ਦਾਲ ਸਕੀਮ ਤੇ ਪੈਨਸ਼ਨ ਵਧਵਾਈ, ਹਾਂ ਕਹਿੰਦੇ ਅਸੀਂ ਹੀ ਦੋਸਤੋ ਬਿਜਲੀ ਮੁਕਤ ਕਰਾਈ। ਓਏ ਪਹਿਲਿਆਂ ਦੀਆਂ ਸਭ ਗੱਲਾਂ ਤੇ ਨਾ ਪਾਣੀ ਪਾਤਾ, ਸੀ ਝੂਠ ਤਫਾਨ ਜਾ ਬੋਲ ਕੇ ਬਈ ਸੋਚਣ ਲਾਤਾ। ਓ ਝੂਠ ਤਫਾਨ ਜਾ ਬੋਲ ਕੇ ਸੀ ਸੋਚਣ ਲਾਤਾ। ਇੱਕ ਦੂਜੇ ਵੱਲ ਨੂੰ ਦੇਖਦੇ ਸੀ ਸਾਰੇ ਡੇਡਾ ਡੇਡਾ, ਹੁਣ ਰੱਬ ਹੀ ਜਾਣੇ ਤੁਰਨ ਗਿਆ ਕਿੱਧਰ ਨੂੰ ਭੇਡਾ। ਓਏ ਹੁਣ ਰੱਬ ਹੀ ਜਾਣੇ ਤੁਰਨ ਗਿਆ ਕਿੱਧਰ ਨੂੰ ਭੇਡਾ। ਓਏ ਸ਼ਾਮ ਢਲੀ ਜੇ 9 ਮਿੰਟ ਇੱਕ ਪਿੰਡ ਵਿੱਚ ਹੋਈ, ਆ ਤੀਜੇ ਦਲ ਦੀ ਵੀ ਕਹਿੰਦੇ ਸੁਣ ਲੋ ਅਰਜੋਈ। ਓਏ ਪੈਰ ਜੇ ਮਲਦੇ ਫੇਰ ਤੋਂ ਆ ਜੁੜ ਗਏ ਸਾਰੇ, ਓਏ ਪੈਰ ਜੇ ਮਲਦੇ ਫੇਰ ਤੋਂ ਆ ਜੁੜ ਗਏ ਸਾਰੇ। ਓ ਕਹਿੰਦੇ ਪਿਆਸ ਬੁਝਾਉਣ ਨਾ ਕਦੇ ਪਾਣੀ ਗਾਰੇ, ਓ ਸਿਰ ਪੀਲੀਆਂ ਪੱਗਾਂ ਉਹਨਾਂ ਦੇ ਸੀ ਬੜੇ ਹਾਜ਼ਰ ਜਵਾਬੀ। ਓਏ ਕਹਿੰਦੇ ਆਮ ਜੇ ਬੰਦਿਆਂ ਦੀ ਹੈ ਪਾਰਟੀ ਸਾਡੀ, ਓ ਕਹਿੰਦੇ ਆਮ ਜੇ ਬੰਦਿਆਂ ਦੀ ਹੈ ਪਾਰਟੀ ਸਾਡੀ। ਓਏ ਪਹਿਲਿਆਂ ਤੋਂ ਨਾ ਦਲਾਂ ਦੇ ਉਹਨਾਂ ਭੇਦ ਆ ਖੁੱਲੇ, ਓ ਕਹਿੰਦੇ ਅੰਦਰੋਂ ਇੱਕੋ ਨੇ ਨੀਲੇ ਚਿੱਟੇ ਗੋਲੇ, ਓ ਕਹਿੰਦੇ ਅੰਦਰੋਂ ਇੱਕੋ ਨੇ ਨੀਲੇ ਚਿੱਟੇ ਗੋਲੇ। ਓਏ ਪਹਿਲਿਆਂ ਨੂੰ ਦੱਸਿਆ ਮੀਸਣੇ ਤੇ ਦੂਜੇ ਲਟੇਰੇ, ਓਏ ਅੰਦਰੋਂ ਰਿਸ਼ਤੇਦਾਰ ਇਹਨਾਂ ਦੇ ਇੱਕ ਬਨੇਰੇ, ਓਏ ਅੰਦਰੋਂ ਰਿਸ਼ਤੇਦਾਰ ਇਹਨਾਂ ਦੇ ਇੱਕ ਬਨੇਰੇ। ਓ ਭ੍ਰਿਸ਼ਟਾਚਾਰੀ ਸਿਸਟਮ ਨੂੰ ਉਹਨਾਂ ਜੜੋਂ ਮਕਾਇਆ, ਹਾਂ ਭ੍ਰਿਸ਼ਟਾਚਾਰੀ ਸਿਸਟਮ ਨੂੰ ਉਹਨਾਂ ਜੜੋਂ ਮਕਾਇਆ, ਬਈ ਐਲੀਮੈਂਟਰੀ ਸਕੂਲਾਂ ਨੂੰ ਹਾਈ ਫਾਈ ਬਣਾਇਆ। ਓ ਜਾਂਦੇ ਜਾਂਦੇ ਕਹਿ ਗਏ ਹਾਂ ਅਸੀਂ ਥੋਡੇ ਵਰਗੇ, ਓਏ ਸਾਡੀ ਨਿੱਜੀ ਜੰਗ ਨਹੀਂ ਥੋਡੇ ਲਈ ਲੜਦੇ, ਓਏ ਸਾਡੀ ਨਿੱਜੀ ਜੰਗ ਨਹੀਂ ਥੋਡੇ ਲਈ ਲੜਦੇ। ਓਏ ਹੁਣ ਸਮਝ ਨਾ ਆਵੇ ਦੋਸਤੋ ਵੀ ਕਿਹਨੂੰ ਵੋਟਾਂ ਪਾਈਏ, ਆ ਕੀਦਾ ਮੰਨੀਏ ਸੱਚ ਤੇ ਕੀਦਾ ਝੂਠ ਮਨਾਈਏ। ਇੱਕ ਬਜ਼ੁਰਗ ਸਿਆਣਾ ਬੋਲਿਆ, ਓ ਗੱਲ ਸੁਣ ਲਓ ਸਾਰੇ, ਆ 70 ਸਾਲਾਂ ਤੋਂ ਆਏ ਆ ਅਸੀਂ ਸੁਣਦੇ ਲਾਰੇ। ਓ ਕਿਸੇ ਨੇ ਕੁਝ ਨੀ ਕਰਨਾ ਪੈਣਾ ਆਪ ਹੀ ਮਰਨਾ, ਬੇੜੀ ਵਿੱਚ ਪਾਣੀ ਵੜ ਗਿਆ ਯਾਰੋ ਸਿੱਖ ਲੋ ਤਰਨਾ, ਬੇੜੀ ਵਿੱਚ ਪਾਣੀ ਵੜ ਗਿਆ ਯਾਰੋ ਸਿੱਖ ਲੋ ਤਰਨਾ। ਓ ਜਿਹਨੂੰ ਮਰਜ਼ੀ ਵੋਟਾਂ ਪਾ ਦਿਓ, ਓ ਯਾਰੋ ਵਿਕਨਾ ਜਾਇਓ, ਓ ਜਿਹਨੂੰ ਮਰਜ਼ੀ ਵੋਟਾਂ ਪਾ ਦਿਓ, ਯਾਰੋ ਵਿਕਨਾ ਜਾਇਓ। ਮਤਦਾਨ ਦਿਓ ਮਤ ਵਰਤ ਕੇ ਪਰ ਆਸ ਨਾ ਲਾਇਓ, ਮਤਦਾਨ ਦਿਓ ਮਤ ਵਰਤ ਕੇ ਪਰ ਆਸ ਨਾ ਲਾਇਓ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਇਹਨਾਂ ਨੇ ਤਾਂ ਕਹਿ ਦਿੱਤਾ ਕਿ ਮਤ ਵਰਤ ਕੇ ਮਤਦਾਨ ਕਰਿਓ, ਪਰ ਉਹ ਤਾਂ ਹੁਣ 23 ਮਈ ਨੂੰ ਸਾਫ ਹੋਵੇਗਾ ਕਿ ਕਿਸ ਦੀ ਝੋਲੀ ਹਾਰ ਪਵੇਗੀ ਤੇ ਕੌਣ ਜਿੱਤ ਦੇ ਲੱਡੂ ਵੰਡੇਗਾ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ।
ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।